ਥੋੜਾ ਜਿਹਾ ਕਲੀਅਰ ਜ਼ਰੂਰ ਕਰੋ। ਗੁਰੂ ਸਾਹਿਬ ਦੀ ਹਜ਼ੂਰੀ 'ਚ ਦਾਸ ਖੜਾ ਜੀ, 5 ਲੱਖ ਰੁਪਈਆ ਜੇ ਕੋਈ ਸਬੂਤ ਕਰਦੇ ਵੀ ਜੋਨੀ ਬਾਬਾ ਕਦੇ ਚਿੱਟਾ ਪੀਂਦਾ ਜਾਂ ਨਸ਼ਾ ਕਰਦਾ, 5 ਲੱਖ ਰੁਪਈਆ ਮੈਂ ਇਨਾਮ ਦੇਊਂਗਾ, ਨਹੀਂ ਉਹ ਤੋਂ 50 ਲੱਖ ਲਊਂਗਾ। ਖੁੱਲ੍ਹਾ ਚੈਲੇਂਜ, ਖੁੱਲ੍ਹਾ ਚੈਲੇਂਜ ਦੱਬ ਜੀ। ਫਿਰ ਇਹ ਦੁਨੀਆ ਕਿੱਧਰ ਨੂੰ ਚੱਲ ਪਈ, ਸਾਡੀ ਦੁਨੀਆ ਕਿਹੜੇ ਪਾਸੇ ਨੂੰ ਤੁਰ ਪਈ? ਦੁਨੀਆ ਚੱਲ ਪਈ, ਦਿਖਾਓ, ਪਰੂਫ ਕਰੋ, ਪਰੂਫ ਕਰੋ। ਉਹ ਪਰੂਫ ਪਰਾਫ ਵਾਲੀਆਂ ਗੱਲਾਂ ਨਹੀਂ ਹੈਗੀਆਂ, ਨਾ ਤਾਂ ਅਸੀਂ ਉਹੋ ਜਿਹੇ ਹੈਗੇ ਹਾਂ ਪੁੱਛ ਵਾਲਿਆਂ ਵਰਗੇ ਵੀ ਅਸੀਂ ਪਰੂਫ ਕਰ ਦਈਏ। ਇਹ ਤਾਂ ਫਿਰ 100 ਸਾਲ ਪਿੱਛੇ ਜਾਓ ਭਾਈ, ਉਹਨਾਂ ਨੂੰ ਪੁੱਛਿਓ, ਉਹ ਕਰਨਗੇ ਪਰੂਫ, ਮੈਂ ਤਾਂ ਕਰ ਨਹੀਂ ਸਕਦਾ।